ਪ੍ਰਾਈਮ ਸ਼ਾਹ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਹਰਸਿਮਰਨ ਘੋੜਾ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਆ ਤੇ ਰੋਜ਼ ਦੀ ਤਰ੍ਹਾਂ ਸਾਡੇ ਨਾਲ ਖਬਰਾਂ ਤੇ ਚਰਚਾ ਕਰਨ ਦੇ ਲਈ ਹਣਗੇ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਪੰਨੂ ਸਾਹਿਬ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਹਰਸਿਮਰਨ ਜੀ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਬੀਤੇ ਕਈ ਦਿਨਾਂ ਤੋਂ ਭਾਰਤ ਤੇ ਕੈਨੇਡਾ ਵਿਚਾਲੇ ਹਾਲਾਤ ਤਣਾਪੂਰਨ ਬਣੇ ਹੋਏ ਸਨ ਪਰ ਹੁਣ ਇੱਕ ਸੁਖ ਭਰੀ ਖਬਰ ਜ਼ਰੂਰ ਸਾਹਮਣੇ ਆਈ ਹੈ ਜਿਹੜੇ ਭਾਰਤ ਨੇ ਕੈਨੇਡਾ ਦੇ ਵੀਜ਼ੇ ਸਸਪੈਂਡ ਕੀਤੇ ਸਨ ਹੁਣ ਮੂੜ ਬਹਾਲ ਕਰ ਦਿੱਤੇ ਗਏ ਨੇ ਕਿਵੇਂ ਦੇਖਦੇ ਹਾਂ ਜੀ ਹਰਸਿਮਰ ਜੀ ਕੱਲ ਅਸੀਂ ਜਦੋਂ ਪ੍ਰੋਗਰਾਮ ਕਰਦੇ ਪਏ ਸੀ ਐਨ ਉਸੇ ਟਾਈਮ ਦੇ ਉੱਤੇ ਹਾਲਾਤ ਮੋੜਾ ਕੱਟ ਰਹੇ ਸੀ ਜੀ ਸਾਡਾ ਪ੍ਰੋਗਰਾਮ ਖਤਮ ਹੁੰਦੇ ਸਾਰੀ ਦਿੱਲੀ ਤੋਂ ਇੱਕ ਖਬਰ ਪਹੁੰਚ ਗਈ ਕਿ ਭਾਰਤ ਸਰਕਾਰ ਨੇ ਜਿਹੜੀਆਂ ਕੈਨੇਡਾ ਦੀਆਂ ਵੀਜ਼ਾ ਸਰਵਿਸਿਜ਼ ਬੰਦ ਕੀਤੀਆਂ ਸੀ ਉਹ ਵੀਜ਼ਾ ਸੇਵਾਵਾਂ ਚਾਰ ਕੈਟੇਗਰੀਜ਼ ਵਾਸਤੇ ਉਹਨਾਂ ਨੇ ਖੋਲ ਦਿੱਤੀਆਂ ਜੀ ਇੱਕ ਤੇ ਐਂਟਰੀ ਵੀਜ਼ਾ ਐਂਟਰੀ ਵੀਜ਼ਾ ਵਿੱਚ ਟੂਰਿਸਟ ਵੀਜ਼ਾ ਸ਼ਾਇਦ ਨਹੀਂਗਾ ਬਾਕੀ ਐਂਟਰੀ ਵੀਜ਼ਾ ਹੈਗਾ ਇੱਕ ਬਿਜ਼ਨਸ ਵੀਜ਼ਾ ਇੱਕ ਇਹਦੇ ਨਾਲ 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 ਮੈਡੀਕਲ ਵੀਜ਼ਾ ਤੇ ਇੱਕ ਕਾਨਫਰੰਸ ਵੀਜ਼ਾ ਇਹ ਚਾਰ ਉਹਨਾਂ ਨੇ ਖੋਲੇ ਜੀ ਇਹ ਸ਼ੁਰੂਆਤ ਆ ਹੁਣ ਅਸੀਂ ਆਈਏ ਉਸ ਗੱਲ ਦੇ ਉੱਤੇ ਜਿੱਥੋਂ ਵਿਗਾੜ ਪਿਆ ਸੀ ਜੀ ਇੱਕ ਬੜੀ ਚਰਚਾ ਸੀਗੀ ਇੱਕ ਘਟਨਾ ਵਾਪਰ ਗਈ ਕੈਨੇਡਾ 'ਚ ਕਤਲ ਹੋਇਆ ਬੰਦਾ ਚੰਗਾ ਹੋਵੇ ਬੰਦਾ ਕੋਈ ਕਿਉਂ ਤੇ ਕੋਈ ਦੋਸ਼ ਹੁਣ ਜੋ ਮਰਜੀ ਹੋਵੇ ਬੰਦਾ ਤਾਂ ਬੰਦਾ ਹੀ ਜਿਹੜਾ ਤੁਰ ਗਿਆ ਹਮੇਸ਼ਾ ਵਾਂਗ ਹੀ ਹੁੰਦਾ ਕੁਝ ਲੋਕ ਉਹਦੇ ਪੱਖ ਚ ਹੋ ਜਾਣਗੇ ਕੁਝ ਵਿਰੋਧ ਚ ਬੋਲਣਗੇ ਤੇ ਹਰ ਦੇਸ਼ ਦੇ ਵਿੱਚ ਲਾਅ ਆਫ ਦਾ ਲੈਂਡ ਉਸ ਦੇਸ਼ ਦਾ ਕਾਨੂੰਨ ਜਿਹੜਾ ਉਹ ਲਾਗੂ ਹੁੰਦਾ ਸਾਡੇ ਦੇਸ਼ ਵਿੱਚ ਨਾ ਅਮਰੀਕਾ ਦਾ ਕਾਨੂੰਨ ਲਾਗੂ ਹੁੰਦਾ ਤੇ ਨਾ ਅਫਰੀਕਾ ਦਾ ਹੁੰਦਾ ਨਾ ਇੱਥੇ ਬ੍ਰਿਟੇਨ ਦਾ ਹੁੰਦਾ ਤੇ ਨਾ ਸਪੇਨ ਦਾ ਹੁੰਦਾ ਜੀ ਉਹਨਾਂ ਦੇ ਦੇਸ਼ ਉੱਤੇ ਸਾਡਾ ਇੰਡੀਆ ਦਾ ਕਾਨੂੰਨ ਲਾਗੂ ਨਹੀਂ ਹੁੰਦਾ ਉਪਣੇ ਮੁਤਾਬਕ ਜੋ ਕਰਨਾ ਕਰਨ ਸਰਕਾਰਾਂ ਦੇ ਪੱਧਰ ਤੇ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਜਿਹੜੀਆਂ ਡਿਪਲੋਮੇਸੀ ਦੇ ਵਿੱਚ ਅੰਦਰ ਬੈਠ ਕੇ ਕਰਦੇ ਆ ਜਦ ਤੱਕ ਵਿਗਾੜ ਨਾ ਪਾਉਣ ਦਾ ਰੱਦ ਆਵੇ ਉਹਨਾਂ ਚਿਰ ਤੱਕ ਬਾਹਰ ਜਨਤਕ ਤੌਰ ਤੇ ਨਹੀਂ ਕੀਤੀਆਂ ਜਾਂਦੀਆਂ ਬੜੀਆਂ ਗੱਲਾਂ ਨੇ ਸਰਕਾਰਾਂ ਆਪ ਵਿੱਚ ਕਰਦੀਆਂ ਕੁਝ ਦੇਸ਼ਾਂ 'ਚ ਰਿਵਾਜ ਆ ਕਿਹੋ ਜਿਹੀਆਂ ਗੱਲਾਂ 30 ਸਾਲ ਤੱਕ ਰੱਖੀਆਂ ਜਾਂਣ ਦੱਬ ਕੇ ਤੇ ਉਹ ਮੌਕਾ ਆਉਂਦਾ ਤੇ ਕੱਢੀਆਂ ਜਾਂਦੀਆਂ ਸੌਰੀ ਪਤਾ ਨਹੀਂ ਕਿਉਂ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਵਿੱਚ ਮੀਟਿੰਗ ਹੋਈ ਤੇ ਮੀਟਿੰਗ ਹੁੰਦਿਆਂ ਸਾਰੀ ਅਜੇ ਨਾ ਉਹ ਪ੍ਰਧਾਨ ਮੰਤਰੀ ਬੋਲਿਆ ਨਾ ਉਹ ਬੋਲਿਆ ਤੇ ਮੀਡੀਆ 'ਚ ਕਾਫੀ ਲੱਗਣ ਲੱਗ ਪਏ ਕਿ ਉਸ ਘਟਨਾ ਨੂੰ ਲੈ ਕੇ ਤੇ ਦੋਵਾਂ 'ਚ ਟੈਨਸ਼ਨ ਹੋਈ ਹੈ ਉਹ ਨਹੀਂ ਅਖਤੋ ਹੀ ਕੋਈ ਉਹ ਨਾ ਬੜੇ ਕੁੜੱਤਨ ਜੀ ਬਣ ਗਏ ਫਿਰ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਜਾਂਦਿਆਂ ਸਾਰ ਆਪਣੇ ਦੇਸ਼ ਦੀ ਪਾਰਲੀਮੈਂਟ ਵਿੱਚ ਇੱਕ ਬਿਆਨ ਬਿਨਾਂ ਕਿਸੇ ਲਗਲਪੇਟ ਤੋਂ ਦੇ ਦਿੱਤਾ ਤੇ ਭਾਰਤ ਵਾਲੇ ਵੀ ਥੋੜੇ ਤੜਿੰਗ ਹੋ ਗਏ। ਉਹਦੇ ਪੱਖ ਵਿੱਚ ਕੁਝ ਦੇਸ਼ ਬੋਲੇ। ਭਾਰਤ ਆਪਣਾ ਪੱਖ ਰੱਖਦਾ ਰਿਹਾ। ਤੁਹਾਨੂੰ ਯਾਦ ਹੋਵੇਗਾ ਮੈਂ ਪਹਿਲੇ ਦਿਨ ਤੋਂ ਲਗਾਤਾਰ ਇਸ ਮੁੱਦੇ ਤੇ ਬੋਲਣ ਤੋਂ ਸੰਕੋਚ ਕਰਦਾ ਰਿਹਾ ਸੀ। ਜੀ। ਬਹੁਤ ਸਾਰੇ ਲੋਕ ਸੀਡੇ ਕੇਂਦਰ ਸੀ ਤੁਸੀਂ ਬੋਲਦੇ ਕਿਉਂ ਨਹੀਂ? ਮੈਂ ਕਹਿੰਦਾ ਸੀ ਮੈਂ ਨਾ ਬੋਲਾਂ ਤੇ ਚੰਗਾ। ਅਸੀਂ ਸੁਖ ਮੰਗਿਆ ਕਿ ਜਿਹੜੇ ਬੋਲਦੇ ਆ ਉਹਨਾਂ ਨੂੰ ਬੋਲਣ ਦੇ ਬਜਾਏ ਚੁੱਪ ਹੋਣ ਦਾ ਮੌਕਾ ਮਿਲ। ਸਾਡੀ ਇੱਕ ਮਜਬੂਰੀ ਆ ਉਹ ਇਹ ਕਿ ਅਸੀਂ ਭਾਰਤੀ ਪੰਜਾਬ ਵਿੱਚ ਵਸਦੇ ਹਾਂ ਪਹਿਲਾਂ ਇੱਕ ਪੰਜਾਬ ਹੁੰਦਾ ਸੀ ਫਿਰ ਦੋ ਬਣ ਕੇ ਇਹਦੇ ਚੋਂ ਵੱਡਾ ਹਿੱਸਾ ਪਾਕਿਸਤਾਨ ਚ ਚਲਾ ਗਿਆ ਉਸ ਪਾਕਿਸਤਾਨੀ ਪੰਜਾਬ ਨੂੰ ਫਰਕ ਕੋਈ ਨਹੀਂ ਪੈ ਰਿਆ ਜਿਹੜਾ ਭਾਰਤੀ ਪੰਜਾਬ ਇਹਦੇ ਵਿੱਚੋਂ ਪ੍ਰਵਾਸ ਕਰਕੇ ਜਿਹੜੇ ਲੋਕ ਬਾਹਰ ਗਏ ਨੇ ਜੀ ਉਹਨਾਂ ਨੇ ਕਈਆਂ ਥਾਵਾਂ ਤੇ ਜਾ ਕੇ ਮਿੰਨੀ ਪੰਜਾਬ ਬਣਾਏ ਨੇ ਇੱਕ ਮਿੰਨੀ ਪੰਜਾਬ ਇੱਥੇ ਇੰਗਲੈਂਡ ਦੇ ਲੰਡਨ ਰਾਜਧਾਨੀ ਦੇ ਸੌਥ ਵਾਲੇ ਇਲਾਕੇ ਵਿੱਚ ਇੱਕ ਮਿੰਨੀ ਪੰਜਾਬ ਕੈਨੇਡਾ ਦੇ ਟ੍ਰਾਂਟੋ ਵਿੱਚ ਆ ਇੱਕ ਵੈਨਕੂਵਰ ਦੇ ਨੇੜੇ ਸਰੀ ਵਿੱਚ ਆ ਇੱਕ ਐਡਮੰਟਨ ਚ ਆ ਇੱਕ ਕੈਲਗਰੀ ਚ ਆ ਇੱਕ ਆਸਟ੍ਰੇਲੀਆ ਦੇ ਸਿਡਨੀ ਵਿੱਚ ਆ ਤੇ ਇੱਕ ਉੱਥੇ ਮੈਲਬਰਨ ਚ ਆ ਇਹ ਕਿੰਨੇ ਸਾਰੇ ਨੇ ਮੈਂ ਨਿਊਜ਼ੀਲੈਂਡ ਚ ਗਿਆ ਤੇ ਆਕਲੈਂਡ ਦੇ ਜਦੋਂ ਮੈਂ ਵੇਖਿਆ ਕਿ 1 ਕਿਲੋਮੀਟਰ ਦੇ ਘੇਰੇ ਚ ਤਿੰਨ ਗੁਰਦੁਆਰਾ ਸਾਹਿਬ ਨੇ ਜੀ ਮੈਨੂੰ ਇੱਕ ਪੰਜਾਬ ਉੱਥੇ ਵੀ ਦਿਸਿਆ ਸੀ ਮਿੰਨੀ ਪੰਜਾਬ ਤੇ ਮੈਨੂੰ ਕੈਲੀਫੋਰਨੀਆ ਚ ਵੀ ਦਿਸਿਆ ਸੀ ਹੁਣ ਇਹ ਜਿੰਨੇ ਮਿੰਨੇ ਪੰਜਾਬ ਨੇ ਇਹ ਸਾਰੇ ਭਾਰਤੀ ਪੰਜਾਬ ਦੇ ਸੈਟੇਲਾਈਟ ਨੇ ਇਹਨਾਂ ਸਾਰਿਆਂ ਦੇ ਨਾਲ ਸਾਡੀਆਂ ਤੰਦਾਂ ਜੁੜੀਆਂ ਹੋਈਆਂ ਤੇ ਅਸੀਂ ਚਾਹੁੰਦੇ ਹਾਂ ਜੁੜੀਆਂ ਰਹਿਣ ਜੀ ਸਬੰਧਾਂ ਚ ਵਿਗਾੜਨਾ ਆਪਾਂ ਜਿਸ ਦਿਨ ਇਹ ਖਬਰ ਆਈ ਕਿ ਦੋਵਾਂ ਦੇਸ਼ਾਂ ਦੇ ਤਣਾਅ ਦੇ ਵਿੱਚ ਭਾਰਤੀ ਸਰਕਾਰ ਨੇ ਵੀਜ਼ੇ ਬੰਦ ਕਰ ਦਿੱਤੇ ਮੈਨੂੰ ਇਹ ਯਾਦ ਹੈ ਆਸਟ੍ਰੇਲੀਆ ਤੋਂ ਇੱਕ ਮਿੱਤਰ ਨੇ ਹਟਕੋਰੇ ਲੈ ਲੈ ਕੇ ਆਖਿਆ ਸੀ ਅਸੀਂ ਕੀ ਕਰਾਂਗੇ ਅਸੀਂ ਤਾਂ ਦਸੰਬਰ ਵਿੱਚ ਵਿਆਹ ਰੱਖਿਆ ਕੁੜੀ ਸਾਡੇ ਕੋਲ ਆ ਮੁੰਡਾ ਕੈਨੇਡਾ 'ਚ ਆ ਰਿਸ਼ਤੇਦਾਰ ਅੱਧੇ ਸਾਡੇ ਇੰਗਲੈਂਡ 'ਚ ਬੈਠੇ ਆ ਟਿਕਟਾਂ ਬੁੱਕ ਕਰਾਈ ਬੈਠੇ ਆ ਉੱਥੇ ਜਾਏ ਕੀ ਕਰਾਂ ਜੀ ਇੱਥੇ ਕਈਆਂ ਪੈਲਸਾਂ ਵਾਲੇ ਪੁੱਛਦੇ ਸੀ ਜੀ ਸਾਡੇ ਕੋਲ ਤਾਂ ਬੁਕਿੰਗ ਹੋਈ ਆ ਕੈਨੇਡਾ ਦੇ ਕਈ ਲੋਕਾਂ ਦੀ ਵਿਆਹ ਹੋਣਗੇ ਕਿ ਨਹੀਂ ਹੋਣਗੇ ਮੈਂ ਉਦੋਂ ਮੁੜ ਮੁੜ ਕੇ ਕਹਿੰਦਾ ਸੀ ਕਿ ਠੰਡੇ ਪਾਣੀ ਦਾ ਛੱਟਾ ਮਾਰਨਾ ਚਾਹੀਦਾ ਗੱਲ ਬਹੁਤੀ ਵਧਾਉਣੀ ਨਹੀਂ ਚਾਹੀਦੀ ਪਰ ਕੁਝ ਲੋਕ ਲਗਾਤਾਰ ਵਧਾਉਣ ਲੱਗੇ ਤਤੀਆਂ ਸੁਰਾਂ ਕੱਢਣੀਆਂ ਸੌਖੀਆਂ ਹੁੰਦੀਆਂ ਹਾਲਾਤ ਨੂੰ ਸੰਭਾਲਣਾ ਬੜਾ ਜ਼ਰੂਰੀ ਸੀ ਬੜੇ ਤਣਾਅ ਦੇ ਦਿਨ ਸਨ ਕੱਲ ਥੋੜਾ ਜਿਹਾ ਮੋੜਾ ਕੱਟਿਆ ਜੀ ਇਹ ਮੋੜਾ ਕੱਟਣ ਦੇ ਵਿੱਚ ਦੋਵਾਂ ਦੇਸ਼ਾਂ ਦੀ ਆਪਸੀ ਗੱਲਬਾਤ ਵੀ ਹੋਈ ਮੂੰਹੋਂ ਕੋਈ ਕਵੇ ਜਾਂ ਨਾ ਕਵੇ ਅਸੀਂ ਲੋਕ ਮੀਡੀਆ ਵਿੱਚ ਸਾਡੇ ਕੋਲ ਖਬਰਾਂ ਆ ਗਈਆਂ ਕਿ ਜਿਹੜਾ ਅਮਰੀਕਾ ਕਹਿੰਦਾ ਕਿ ਮੈਂ ਦਖਲ ਨਹੀਂ ਦੇਣਾ ਦੋਵਾਂ ਧਿਰਾਂ ਦੀ ਗੱਲਬਾਤ ਉਸੇ ਅਮਰੀਕਾ ਚ ਕਹਿੰਦੇ ਆ ਕਿ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀਆਂ ਇੱਕ ਜਾਂ ਦੋ ਮੀਟਿੰਗਾਂ ਹੋਈਆਂ ਨੇ ਜੀ ਇਹਨਾਂ ਦੀਆਂ ਸਿੱਧੀਆਂ ਮੀਟਿੰਗਾਂ ਹੋਈਆਂ ਕਿ ਇਹਨਾਂ ਦੇ ਪ੍ਰਤੀਨਿਧਤਾਵਾਂ ਦੇ ਗਏ ਮੈਨੂੰ ਪਤਾ ਨਹੀਂ ਉਹਨਾਂ ਮੀਟਿੰਗਾਂ ਤੋਂ ਬਾਅਦ ਹੌਲੀ 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 ਰਾਹ ਨਿਕਲਿਆ ਇਹ ਕਈ ਮੌਕੇ ਹੁੰਦੇ ਜਦੋਂ ਸਿੱਧੀਆਂ ਮੀਟਿੰਗਾਂ ਨਹੀਂ ਲੁਕਮੀਆਂ ਹੁੰਦੀਆਂ ਪ੍ਰਧਾਨ ਮੰਤਰੀ ਨਿਰੰਦਰ ਮੋਦੀ ਦੇ ਸੌ ਚੁੱਕ ਸਮਾਗਮ ਤੇ ਨਵਾਜ਼ ਸ਼ਰੀਫ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਆਇਆ ਸੀ ਦੋ ਮਹੀਨੇ ਬਾਅਦ ਲੜਪੈ ਬਾਰਡਰ ਤੇ ਕੰਟਰੋਲ ਰੇਖਾ ਦੇ ਉੱਤੇ ਗੋਲੀਆਂ ਚੱਲ ਗਈਆਂ ਜੀ ਉੱਥੋਂ 2-3 ਮਹੀਨੇ ਬਾਅਦ ਨੇਪਾਲ 'ਚ ਮਿਲ ਪਏ ਇੱਕ ਜਣਾ ਬੋਲਣ ਗਿਆ ਤੇ ਦੂਸਰੇ ਨੇ ਉਹਦੇ ਨਾਲ ਝਾਕਿਆ ਨਹੀਂ ਅਖਬਾਰ ਪੜ੍ਹਨ ਲੱਗ ਪਿਆ ਦੂਸਰਾ ਗਿਆ ਤੇ ਪਹਿਲੇ ਨੇ ਅੱਖਾਂ ਪਰਦੇ ਨੂੰ ਕਰ ਲਈਆਂ ਆਪਸ ਵਿੱਚ ਨਾ ਹੱਥ ਮਿਲਿਆ ਨਾ ਅੱਖ ਮਿਲੇ ਇੰਨੀ ਟੈਨਸ਼ਨ ਸੀ ਦੋਵੇਂ ਇੱਕੋ ਸਟੇਜ ਤੇ ਖੜੇ ਇੱਕ ਦੂਜੇ ਦਾ ਨਾਂ ਤੱਕ ਲੈਣ ਨੂੰ ਤਿਆਰ ਨਹੀਂ ਸੀ ਪਰ ਅਗਲੇ ਦਿਨ ਉੱਥੋਂ ਦੇ ਪ੍ਰਧਾਨ ਮੰਤਰੀ ਨੇਪਾਲ ਵਾਲੇ ਦੇ ਘਰ ਦੋ ਜਣੇ ਮਿਲੇ ਜੀ ਤੇ 33-34 ਸੈਕਿੰਡ ਇੱਕ ਦੂਸਰੇ ਹੱਥ ਹੀ ਲਾਈ ਗਏ ਹੱਥ ਹੀ ਲਾਈ ਗਏ ਤੇ ਪਤਾ ਇਹ ਲੱਗਾ ਕਿ ਦੋਵੇਂ ਜਣੇ ਜਿਹੜੇ ਹੋਟਲਾਂ 'ਚ ਖੜੇ ਸਨ ਉਹਨਾਂ ਦਾ ਪਿਛਲਾ ਦਰਵਾਜ਼ਾ ਜਿਹੜਾ ਸੀ ਉਹਦੇ ਵਿੱਚ ਦੀ ਨਿਕਲ ਕੇ ਇਹ ਤੇ ਉਹ ਉਹ ਤੇ ਇਹ ਵਿਚਾਲੇ ਆ ਕੇ ਭਾਰਤ ਦਾ ਇੱਕ ਕਾਂਗਰਸ ਨਾਲ ਜੁੜਿਆ ਹੋਇਆ ਸਟੀਲ ਇੰਡਸਟਰੀ ਦਾ ਮਾਲਕ ਸੀ ਉਹਨੇ ਸਮਝੌਤਾ ਕਰਾ ਦਿੱਤਾ ਤੇ ਦੋਵੇਂ ਪ੍ਰਧਾਨ ਮੰਤਰੀਆਂ ਨੂੰ ਮਿਲਾ ਦਿੱਤਾ ਸੀ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵੀ ਸਟੀਲ ਦੀ ਇੰਡਸਟਰੀ ਵਾਲਾ ਸੀ ਤੇ ਇਸ ਸਟੀਲ ਇੰਡਸਟਰੀ ਵਾਲੇ ਨਾਲ ਦੀ ਦੋਸਤੀ ਸੀ ਤੇ ਇਹ ਕਾਂਗਰਸੀ ਕਿ ਸੱਜ ਫਸੇ ਸੀ ਨਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋੜ ਸੀ ਉਹਨੇ ਸਮਝੌਤਾ ਕਰਾਪਤਾ ਸੀ ਜੀ ਹੁਣ ਕਿੰਨੇ ਕਰਾਇਆ ਕਿੰਨੇ ਨਹੀਂ ਕਰਾਇਆ ਕਿੱਥੇ ਮੀਟਿੰਗ ਹੋਈ ਕੌਣ ਕਰਨ ਗਿਆ ਆਪ ਗਏ ਵਿਦੇਸ਼ ਮੰਤਰੀ ਕੇ ਪ੍ਰਤੀਨਿਧ ਗਏ ਇਹ ਸਭ ਗੱਲਾਂ ਪਿੱਛੇ ਰਹਿ ਗਈਆਂ ਸਾਡੇ ਲਈ ਸੁਖਾਵੀਆਂ ਗੱਲ ਇਹ ਹੈ ਕਿ ਕੱਲ ਹਾਲਾਤ ਨੇ ਮੋੜਾ ਘਟਿਆ ਭਾਰਤ ਸਰਕਾਰ ਨੇ ਚਾਰ categories ਦੇ ਬੀਜੇ ਖੋਲ ਦਿੱਤੇ ਹੁਣ ਬਾਕੀਆਂ ਦੇ ਵੀ ਖੋਲ ਦੇਣਗੇ ਦੋਵਾਂ ਦੇਸ਼ਾਂ ਦੇ ਮਿੱਤਰਤਾ ਨਾਲ ਸਬੰਧ ਸੀਗੇ ਮਿੱਤਰਤਾ ਨਾਲ ਰਹਿਣਗੇ ਪੰਜਾਬ ਤੇ ਮਨੀ ਪੰਜਾਬ ਵਾਪਸ ਵਿੱਚ ਮਿਲਦੇ ਰਹਿਣਗੇ ਸਾਡੇ ਲਈ ਸਖਾਵੀ ਖਬਰ ਇਹੋ ਆ ਬਾਕੀ ਸਾਰੇ ਡਿਪਲੋਮੇਸੀ ਤੇ ਪੋਲਿਟਿਕਸ ਬਾਅਦ ਚ ਮੈਂ ਕੀ ਦਵਾਂ ਜੀ ਬਿਲਕੁਲ ਠੀਕ ਹੈ ਮਨੋਸਬ ਤੁਸੀਂ ਭਾਰਤ ਸਰਕਾਰ ਦਾ ਜ਼ਿਕਰ ਕੀਤਾ ਤਾਂ ਇੱਕ ਖਬਰ ਵੀ ਨਾਂ ਲੀ ਲੈ ਲੈਣੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ ਜਿਹੜੇ ਤੋਹਫੇ ਮਿਲੇ ਉਹਨਾਂ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਵੀ ਸੀ ਉਸ ਤੋਂ ਬਾਅਦ ਉਹਨੂੰ ਈ ਨਿਲਾਮੀ ਉਹਦੀ ਕਰਨ ਦੀ ਗੱਲ ਆਖੀ ਗਈ ਉਸ ਤੋਂ ਬਾਅਦ ਸਿਆਸਤ ਕਾਫੀ ਗਰਮ ਆ ਗਈ ਹੈਦਰੋਂ ਸੁਖਬੀਰ ਬਾਦਲ ਹੋਰਾਂ ਦਾ ਬਿਆਨ ਆਇਆ ਉਧਰੋਂ ਮਨਜਿੰਦਰ ਸਿਰਸਾ ਹੋਰਾਂ ਦਾ ਬਿਆਨ ਆਇਆ ਉਧਰੋਂ ਐਸ்சிਪੀਸੀ ਦੇ ਪ੍ਰਧਾਨ ਦਾ ਬਿਆਨ ਆਇਆ ਤੁਸੀਂ ਇਸ ਮਾਮਲੇ ਨੂੰ ਕਿਵੇਂ ਦੇਖਦੇ ਇਨੂੰ ਕੌਣ ਚੰਗਾ ਆਖੇਗਾ ਪ੍ਰਧਾਨ ਮੰਤਰੀ ਸਾਹਿਬ ਨੇ ਆਪਣੇ ਤੋਹਫੇ ਜਵਾਦੂ ਪਏ ਉਹਨਾਂ ਕੋਲ ਵੇਚਨੇ ਵੇਚੀ ਜਾਣ ਪਰ ਹਰ ਤੋਹਫਾ ਇੱਕੋ ਜਿਹਾ ਨਹੀਂ ਹੁੰਦਾ ਜੀ ਮਿਸਾਲ ਦੇ ਤੌਰ ਤੇ ਕੁਝ ਧਰਮ ਇਹੋ ਜਿਹੇ ਜਿਨ੍ਹਾਂ ਦਾ ਧਾਰਮਿਕ ਗ੍ਰੰਥ ਜਿਹਨੂੰ ਉਹ ਬਹੁਤ ਪਵਿੱਤਰ ਕਿਤਾਬ ਮੰਨਦੇ ਆ ਪਰ ਕਿਤਾਬ ਮੰਨਦੇ ਆ ਉਹਨੂੰ ਗੁਰੂ ਤਾਂ ਨਹੀਂ ਮੰਨਦੇ ਜੀ ਪਵਿੱਤਰ ਕਿਤਾਬ ਮੰਨਦੇ ਆ ਹੌਲੀ ਬੁੱਕ ਮੰਨਦੇ ਆ ਉਹ ਪਰਸ ਵਿੱਚ ਵੀ ਪਾ ਕੇ ਲੈ ਜਾਂਦੇ ਬੈਗ ਚ ਵੀ ਪਾ ਕੇ ਲੈ ਜਾਂਦੇ ਆ ਸਿੱਖਾਂ ਦੀ ਰਵਾਇਤ ਵੱਖਰੀ ਹੈ ਇਹ ਆਪਣੀ ਹੌਲੀ ਬੁੱਕ ਆਪਣੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ ਜੀ ਭਾਈ ਬਾਪ ਸਭ ਤੋਂ ਵੱਧ ਸਤਿਕਾਰ ਤੋਂ ਨੂੰ ਮੰਨਦੇ ਨੇ ਉਹਦੇ ਵਾਸਤੇ ਜਿੰਨਾ ਸਤਿਕਾਰ ਦਿੰਦੇ ਆ ਸਾਰੀ ਦੁਨੀਆ ਨੂੰ ਪਤਾ ਇਸੇ ਤਰ੍ਹਾਂ ਦਰਬਾਰ ਸਾਹਿਬ ਅੰਮ੍ਰਿਤਸਰ ਉਹ ਪਵਿੱਤਰ ਸਥਾਨ ਮੰਨਿਆ ਜਾਂਦਾ ਉਹਦਾ ਮਾਡਲ ਜੇ ਦਿੱਤਾ ਗਿਆ ਤੇ ਪ੍ਰਧਾਨ ਮੰਤਰੀ ਸਾਹਿਬ ਦੇ ਦਫ਼ਤਰ ਨੇ ਜਿੰਨੇ ਤੋਹਫੇ ਵਿੱਚ ਨੇ ਵੇਚ ਦੇਣ ਇਹੋ ਜੇ ਕੁਝ ਤੋਹਫੇ ਉਹ ਤੋਹਫੇ ਨਹੀਂ ਹੁੰਦੇ ਇਹ ਸਤਕਾਰ ਚਿੰਨ ਹੁੰਦੇ ਆ ਇਹਨਾਂ ਨੂੰ ਸੰਭਾਲ ਕੇ ਰੱਖ ਵੀ ਸਕਦੇ ਨੇ ਸੰਭਾਲ ਸਕਦੇ ਤੇ ਜਿਹੜਾ ਸੰਭਾਲ ਸਕਦਾ ਉਹਨੂੰ ਜਾ ਕੇ ਹੱਥ ਜੋੜ ਕੇ ਆਖਣ ਜੀ ਮੈਂ ਨਹੀਂ ਸੰਭਾਲ ਸਕਦਾ ਤੁਸੀਂ ਲੈ ਲਓ ਜੀ ਨਹੀਂ ਹੱਥ ਜੋੜਨ ਦੇ ਨਾ ਜੋੜਨਾ ਆਪਣੇ ਕਿਸੇ ਹੱਥ ਜੋੜਨ ਵਾਲੇ ਨੂੰ ਭੇਜ ਦੇਣ ਜਿਹਨੂੰ ਇਹਦੇ ਚ ਝਿਜਕ ਨਾ ਹੋਵੇ ਕੋਈ ਅਜਿਹੀ ਦੂਸਰਾ ਸਵਾਲ ਇਹ ਕਿ ਜਿਹੜੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਤੇ ਹੋਰ ਲੋਕ ਨੇ ਹਰ ਕਿਸੇ ਨੂੰ ਆਏ ਗਏ ਨੂੰ ਇਸ ਇਸ ਤਰ੍ਹਾਂ ਦੇ ਦਰਬਾਰ ਸਾਹਿਬ ਦੇ ਮਾਡਲ ਦੇ ਜਾਂਦੇ ਇੱਕ ਸੋਚ ਕੇ ਦੇ ਜਾਂਦੇ ਇੱਕ ਦਰਬਾਰ ਸਾਹਿਬ ਦੇ ਮਾਡਲ ਇੱਕ ਸਰੋਪੇ ਜਦੋਂ 2017 ਦੀਆਂ ਚੋਣਾਂ ਚ ਕਾਲੀ ਦਲ ਹਾਰਿਆ ਤੇ ਉਦੋਂ ਫੈਸਲਾ ਹੋਇਆ ਸੀ ਕਿ ਅੱਜ ਤੋਂ ਬਾਅਦ ਅਸੀਂ ਸਰੋਪੇ ਨਹੀਂ ਵੰਡਨੇ ਹੁਣ ਹਰ ਇੱਕ ਨੂੰ ਸਰੋਪੇ ਵੰਡੇ ਗਏ ਇੱਕ 2 3 ਤੇ ਚੌਥੇ ਦਿਨ ਇੱਕ ਥਾਂ ਤੇ ਜਾ ਕੇ ਸੁਖਵੀਰ ਸਿੰਘ ਬਾਦਲ ਨੇ ਕਾਲੀ ਦਲ ਦੇ ਪ੍ਰਧਾਨ ਨੇ ਸਰੋਪਾ ਲੈ ਵੀ ਲਿਆ ਤੇ ਸਰੋਪੇ ਵੰਡ ਵੀ ਦਿੱਤੇ ਕੰਪੇਅਰ ਸ਼ੁਰੂ ਹੋ ਗਿਆ ਇਹ ਸਰੋਪਾ ਹੁੰਦਾ ਕੀ ਹੈ ਇੱਕ ਪਾਸੇ ਕਹਿੰਦੇ ਸਰੋਪਾ ਬਖਸ਼ਿਸ਼ ਹੈ ਮੈਂ ਇੱਕ بڑے ਸੀਨੀਅਰ ਲੀਡਰ ਨੂੰ ਆਖਿਆ ਚੋਣਾਂ ਦੇ ਦਿਨਾਂ 'ਚ ਮੈਂ ਆਖਿਆ ਅੱਜ ਤਾਂ ਇੱਕੋ ਸਟੇਜ ਤੇ 30 ਸਰੋਪੇ ਹੋ ਗਏ ਹਰ ਕੋਈ ਆ ਕੇ ਤੁਹਾਨੂੰ ਪਾਈ ਗਿਆ ਪਾਈ ਗਿਆ ਕਹਿੰਦੇ ਹਾਂਜੀ ਮੈਂ ਆਖਿਆ ਦਿਨ 'ਚ ਕਿੰਨਿਆਂ ਘਥਾਂ ਤੇ ਜਾਂ ਕਹਿੰਦੇ ਪੰਜ ਛੇ ਥਾਂ ਤੇ ਮੈਂ ਕਿਹਾ 150 ਤੇ ਹੋ ਜਾਣਗੇ ਚਲ 100 ਹੀ ਹੋਣਗੇ ਕਹਿੰਦਾ ਹਾਂ ਮੈਂ ਕਿਹਾ ਚੋਣਾਂ ਦੇ 15 20 ਦਿਨਾਂ 'ਚ ਕਿੰਨੇ ਹੋ ਜਾਣਗੇ 1000 ਹੋ ਜਾਣਗੇ ਇਹ ਤੁਹਾਨੂੰ ਇੰਨੇ ਚਿਰ ਹੋ ਗਏ ਲਿਡਰੀ ਕਰਦੇ ਸਰੋਪੇ ਤੁਹਾਨੂੰ ਰੋਜ਼ ਮਿਲੀ ਜਾਂਦੇ ਮਿਲੀ ਜਾਂਦੇ ਮਿਲੀ ਜਾਂਦੇ ਜਿੰਨੇ ਹੁਣ ਤੱਕ ਮਿਲੇ ਇਹਦੇ ਨਾਲ ਤੇ ਤੁਹਾਡੇ ਦੋ ਤਿੰਨ ਕਮਰੇ ਭਰ ਜਾਣੇ ਚਾਹੀਦੇ ਆ ਉਹ ਸਾਰੇ ਸਰੋਪੇ ਕਿੱਥੇ ਆ ਉਦੀ ਕੋਲ ਦਾ ਕੋਈ ਜਵਾਬ ਨਹੀਂ ਸੀ ਪਹਿਲਾਂ ਤੇ ਹਾਂ ਹਾਂ ਆਖੀਗਾ ਬੜੇ ਮਾਣ ਨਾਲ ਕਿ ਮੈਨੂੰ ਬੜੇ ਮਾਣ ਨਾਲ ਮਿਲਦੇ ਆ ਜਦੋਂ ਮੈਂ ਹਾਸਲ ਖੜਾ ਕਰਤਾ ਵੀ ਉਹ ਕਿੱਥੇ ਆ ਇਹਦਾ ਕੋਈ ਕੋਈ ਜਵਾਬ ਨਹੀਂ ਸੀ ਕਿਉਂਕਿ ਲਿੰਦੇ ਇਹਨਾਂ ਨੂੰ ਆਪ ਨੂੰ ਨਹੀਂ ਪਤਾ ਸੀ ਕਿੱਥੇ ਰੱਖਦੇ ਆ ਇਹਦੇ ਵਿੱਚ ਅਕਾਲੀ ਹੋਵੇ ਕਾਂਗਰਸੀ ਹੋਵੇ ਆਮ ਆਦਮੀ ਪਾਰਟੀ ਵਾਲਾ ਭਾਜਪਾ ਵਾਲਾ ਹੋਵੇ ਕੋਈ ਹੋਵੇ ਸਾਰੇ ਇਦਾਂ ਕਰਦੇ ਜਿਹਨੂੰ ਕਦੇਕਦਾ ਹੀ ਮਿਲਣਾ ਉਹ ਆਪਣੇ ਘਰ ਤੇ ਸਤਕਾਰ ਨਾਲ ਸਾਮਦਾ ਤੇ ਬੜੇ ਪਿਆਰ ਨਾਲ ਸਿਰ ਤੇ ਬੰਨਦਾ ਕਦੇ ਸਰਦੀਆਂ ਚ ਠੰਡ ਤੋਂ ਬਚਣ ਵਾਸਤੇ ਬੰਦ ਦਾ ਕਦੇ ਵੈਸੇ ਕਿਤੇ ਸਤਕਾਰ ਦੇਣ ਦਾ ਬੰਦ ਦਾ ਸਿਰ ਇੱਕ ਨਿਯਤ ਨਿਯਮ ਕਰਨ ਲੱਗਿਆ ਬੰਦ ਇਹਨਾਂ ਕੋਲ ਜਿੰਨਾਂ ਕੋਈ ਸਰੋਪਿਆਂ ਦੇ ਢੇਰ ਲੱਗੇ ਪਰ ਉਹਨੂੰ ਮੁੜ ਮੁੜ ਤੁਸੀਂ ਦਈ ਜਾਂਦੇ ਕਦ ਲੈ ਦੇ ਰਹੇ ਜੀ ਇਹਦੇ ਕੋਈ ਹੱਦ ਹੋਣੀ ਚਾਹੀਦੀ ਹੈ ਇੱਥੇ ਜਿਹੜਾ ਦਰਬਾਰ ਸਾਹਿਬ ਆ ਗਿਆ ਆ ਤਿੰਨ ਚਾਰ ਦਿਨ ਪਹਿਲਾਂ ਇੱਕ ਸਾਧ ਆ ਗਿਆ ਸੀ ਜਿਹੜਾ ਕੰਟਰੋਵਰਸੀ ਵਿੱਚ ਹਰ ਪੁੱਠੀ ਗੱਲ ਬੋਲਣ ਨੂੰ ਉਹ ਤਿਆਰ ਹਿੰਦਾ ਤੇ ਉਹ ਜੜਤ ਵਿੱਚ ਹੀ ਉਹਦੀ ਚੜਤੀ ਉਹਦੀ ਇਸ ਕਰਕੇ ਕਿਉਂਕਿ ਉਹ ਹਰ ਪੁੱਠੀ ਗੱਲ ਬੋਲਣ ਨੂੰ ਤਿਆਰ ਹਿੰਦਾ ਉਹ ਆਇਆ ਉਹ ਅਤਰ ਫਲੇਅਰ ਜਿਨ੍ਹਾਂ ਦੇ ਉੱਤੇ ਪਾਬੰਦੀ ਲੱਗੀ ਐ ਕਿ ਦਰਬਾਰ ਸਾਹਿਬ ਅਤਰ ਨਹੀਂ ਛਿੜਕਣਾ ਚਰਚਾ ਇਹ ਐ ਕਿ ਉਹਦੇ ਆਤੇ ਉਹ ਵੀ ਸਭ ਕੁਝ ਪਖੰਡ ਉੱਥੇ ਚੱਲੇ ਇਹਨਾਂ ਨੇ ਉਹਨੂੰ ਮਨਬੱਤ ਤੋਂ ਰੋਕਣ ਵਾਸਤੇ ਦੀ ਥਾਂ ਤੇ ਉਹ ਤੁਨਵੇਂ ਸਰਕਾਰ ਭੇਟ ਕਰ ਦਿੱਤੇ ਇੱਥੇ ਹਰ ਇੱਕ ਨੂੰ ਇਹ ਦੇ ਜਾਂਦੇ ਨੇ ਜਿਹੜੇ ਲਾਲ ਕਿਸ਼ਨ ਅਡਵਾਨੀ ਜੀ ਨੇ ਆਪਣੀ ਕਿਤਾਬ 'ਚ ਲਿਖਿਆ ਕਿ ਇੰਦਰਾ ਗਾਂਧੀ ਤੇ ਆਪਰੇਸ਼ਨ ਬਲੂ ਸਟਾਰ ਕਰਦੀ ਨਹੀਂ ਸੀ ਅਸੀਂ ਜ਼ੋਰ ਦੇ ਕੇ ਕਰਵਾਇਆ ਉਹਨੂੰ ਵੀ ਇਹਨਾਂ ਨੇ ਸਰਪਤ ਦੇ ਦਿੱਤਾ ਇਹ ਜਿਹੜੇ ਸਾਰਾ ਕੁਝ ਕਰੀ ਜਾਂਦੇ ਨੇ ਥੋੜਾ ਬਾਤ ਇਹਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਅਸੀਂ ਕੀ ਕਰਦੇ ਪਏ ਹਾਂ ਮੈਂ ਫਿਰ ਆਖੂਗਾ ਪ੍ਰਧਾਨ ਮੰਤਰੀ ਦਫ਼ਤਰ ਦਾ ਫੈਸਲਾ ਠੀਕ ਨਹੀਂ ਉਹਨਾਂ ਬਾਕੀ ਤੋਹਫੇ ਵੇਚਣੇ ਜੋ ਮਰਜੀ ਕਰ ਲੈਣ ਨਾਮ ਕਰਨ ਕੁਝ ਕਰਨ ਕੋਈ ਗੱਲ ਨਹੀਂ ਪਰ ਇਸ ਮਾਮਲੇ ਦੇ ਵਿੱਚ ਇੱਕ ਸਿੱਖ ਭਾਈਚਾਰਾ ਪ੍ਰਮੁੱਖ ਭਾਈਚਾਰਾ ਬੜਾ ਸੈਂਸਿਟਿਵ ਸੰਵੇਦਨਸ਼ੀਲ ਭਾਈਚਾਰਾ ਇਹੋ ਜਿਹੀਆਂ ਗੱਲਾਂ ਤੇ ਬਹੁਤ ਭਾਵਕ ਹੋ ਜਾਂਦਾ ਉਹਨਾਂ ਦੇ ਇਸ ਪਵਿੱਤਰ ਅਸਥਾਨ ਦਾ ਜਿਹੜਾ ਮਾਡਲ ਹੈ ਜਿਸ ਸਤਕਾਰ ਵਜੋਂ ਤੁਹਾਨੂੰ ਭੇਟ ਕੀਤਾ ਗਿਆ ਸਤਿਕਾਰ ਜਾਂ ਤੱਕ ਕਰੋ ਨਹੀਂ ਕਰ ਸਕਦੇ ਜਿਹੜਾ ਕੋ ਸਤਿਕਾਰ ਕਰ ਸਕਦਾ ਉਹਨੂੰ ਦੇ ਦਿਓ ਇੰਦਾ ਨਿਲਾਮੀ ਤੇ ਲਾ ਕੇ ਬਦੋਬਦੀ ਦੀ ਕੰਟਰੋਵਰਸੀ ਖੜੀ ਨਹੀਂ ਕਰਨੀ ਚਾਹੀਦੀ ਇਸ ਵਿਵਾਦ ਤੋਂ ਬਚਿਆ ਜਾਣਾ ਚਾਹੀਦਾ ਸੀ ਤੇ ਅਜੇ ਵੀ ਕੋ ਰਾਹ ਕੱਢ ਲੈਣਾ ਚਾਹੀਦਾ ਜੀ ਮਨੂ ਸਾਹਿਬ ਇਹ ਤਾਂ ਸੀ ਭਾਰਤ ਦੀ ਖਬਰ ਹੁਣ ਅਮਰੀਕਾ ਦੀ ਵੀ ਗੱਲ ਕਰ ਲੈਨੇ ਆ ਅਮਰੀਕਾ ਦੇ ਵਿੱਚ ਮੰਦਭਾਗੀ ਘਟਨਾ ਵਾਪਰੀ ਹੈ ਤਿੰਨ ਥਾਵਾਂ ਤੇ ਉੱਥੇ ਫਾਇਰਿੰਗ ਹੋਈ ਹੈ ਉਸ ਦੇ ਵਿੱਚ ਕਹਿੰਦੇ 22 ਲੋਕ ਮੌਤ ਹੋ ਗਈ ਹੈ 22 ਲੋਕਾਂ ਦੀ ਤੇ 60 ਤੋਂ ਵੱਧ ਲੋਕ ਜ਼ਖਮੀ ਹੋਏ ਨੇ ਕਿਵੇਂ ਦੇਖਦੇ ਹੋ ਜੀ ਅਮਰੀਕਾ ਦਾ ਇੱਕ ਰਾਜ ਹੈ ਪੂਰਬੀ ਕੰਡਿਤ ਚੜਦੇ ਪਾਸੇ ਜਾ ਕੇ ਸਮੁੰਦਰ ਕੰਡੇ ਮਾਇਨੇ ਉਹਦੇ ਵਿੱਚ ਪੋਰਟਲੈਂਡ ਤੋਂ ਕੋਈ 50-60 ਕਿਲੋਮੀਟਰ ਤੋਂ ਛੋਟਾ ਜਿਹਾ ਸ਼ਹਿਰ ਹੈ ਲਿਵਿੰਗਸਟਨ ਉੱਥੇ ਇੱਕ ਬੰਦਾ ਉੱਠਿਆ ਆਟੋਮੈਟਿਕ ਹਥਿਆਰ ਫੜਿਆ ਉਹਨੇ ਜਾ ਕੇ ਇੱਕ ਤਾਂ ਗੋਲੇ ਚਲੇ ਦੂਜੇ ਤਾਂ ਚਲੇ ਤੀਜੇ ਤਾਂ ਚਲੇ ਬਾਈ ਬੰਦੇ ਮਾਰਤੇ ਪਤਾ ਨਹੀਂ ਕਿੰਨੇ ਜ਼ਖਮੀ ਹੋ ਗਏ ਪਰ ਇਹ ਅਮਰੀਕਾ 'ਚ ਕਿਤੇ ਪਹਿਲੀ ਵਾਰ ਤਾਂ ਨਹੀਂ ਹੋਇਆ ਮੋੜ-ਮੋੜ ਕੇ ਹੁੰਦਾ ਇੱਕ ਵਾਰੀ ਇਹ ਸ਼ਾਇਦ 2008-09 ਦੀਆਂ ਗੱਲਾਂ ਨੇ ਉਦੋਂ ਵਿਸਕਾਂਸਨ ਦੇ ਇੱਕ ਗੁਰਦਵਾਰੇ ਵਿੱਚ ਉੱਥੇ ਜਾ ਕੇ ਗੁਰੂ ਘਰ ਦੇ ਵਿੱਚ ਵੀ ਗੋਲੀ ਕਹਿਨੇ ਚਲਾ ਦਿੱਤੀ ਸੀ ਇੱਕ ਵਾਰੀ ਇੱਕ ਚਰਚ ਸੀਗਾ ਉਹ ਚਰਚ ਉਹਨਾਂ ਲੋਕਾਂ ਦਾ ਸੀ ਜਿਨ੍ਹਾਂ ਦਾ ਰੰਗ ਗੋਰਿਆਂ ਨੂੰ ਪਸੰਦ ਨਹੀਂਗਾ ਉਹਦੇ ਉੱਤੇ ਗੋਲੀ ਚੱਲ ਗਈ ਸੀ ਇਦਾਂ ਦੀਆਂ ਘਟਨਾਵਾਂ ਉੱਥੇ ਲਗਾਤਾਰ ਹੁੰਦੀਆਂ ਨੇ ਅਮਰੀਕਾ ਬਾਕੀ ਦੁਨੀਆ ਨੂੰ ਮਤਾਂ ਦਿੰਦਾ ਬਹੁਤ ਜਿਆਦੀਆਂ ਮਤਾਂ ਦਿੰਦਾ ਸਾਰੀ ਦੁਨੀਆ ਨੂੰ ਅਕਲ ਵੰਡਦਾ ਫਿਰਦਾ ਇਹ ਅਮਰੀਕੀ ਹਾਕਮ ਭਾਵੇਂ ਰਿਪਬਲਿਕਨ ਪਾਰਟੀ ਦੇ ਹੋਣ ਭਾਵੇਂ ਡੈਮੋਕ੍ਰੈਟਿਕ ਦੇ ਹੋਣ ਜਾਰਜ ਬੁਸ਼ ਆਜੇ ਬਿਲ ਕਲਿੰਟਰ ਆਜੇ ਡੋਨਲਡ ਟਰੰਪ ਆਵੇ ਜਾਂ ਜੋ ਬਾइडਨ ਆਜੇ ਜਾਂ ਕੋਈ ਹੋਰ ਜੋ ਬਾइडਨ ਵਰਗ ਦਾ ਆ ਜਾਵੇ ਇਹ ਸਾਰੀ ਇਹ ਸਮਝਦੇ ਆ ਕਿ ਅਕਲ ਦਾ ਸਾਰਾ ਡੀਪੂ ਉੱਪਰੋਂ ਸੱਚੇ ਬਾਦਸ਼ਾਹ ਨੇ ਸਾਡੇ ਨਾਂ ਤੇ ਇਲਾਟ ਕੀਤਾ ਜੀ ਇਸ ساری ਦੁਨੀਆ ਨੂੰ ਸੱਭਿਆਚਾਰ ਪੜਾਉਂਦੇ ਸਭਤਾਂ ਪੜਾਉਂਦੇ ਸਿਵਲਾਈਜੇਸ਼ਨ ਪੜਾਉਂਦੇ ਕਾਨੂੰਨ ਪੜਾਉਂਦੇ ਨਿਆ ਪੜਾਉਂਦੇ ਅਮਨ ਸ਼ਾਂਤੀ ਪੜਾਉਂਦੇ ਆ ਪਰ ਆਪਣੇ ਇਹਨਾਂ ਦੇ ਪੈਰਾਂ ਥਲੇ ਅੱਗ ਮੱਚਦੀ ਹੈ ਇਹਨਾਂ ਨੂੰ ਕਦੇ ਸਮਝ ਨਹੀਂ ਲੱਗਦੀ ਮੈਂ ਕੱਲ ਹੀ ਗੱਲ ਕੀਤੀ ਸੀ ਕਿ ਡੋਨਰਟ ਟਰੰਪ ਚੋਂ ਲੜਨ ਤੁਰਿਆ ਤੇ ਆਪਣੇ ਮੁਕਾਬਲਾ ਉਹ ਕਰਦਾ ਵਾ ਦੱਖਣੀ ਅਫਰੀਕਾ ਦੇ ਲੀਡਰ ਨੈਲਸਨ ਮੰਡੇਲਾ ਨਾਲ ਨੈਲਸਨ ਮੰਡੇਲਾ ਨੇ ਜਿਹੜੇ ਗੋਰੇ ਲੋਕ ਉੱਥੇ ਆ ਕੇ ਇਹਨਾਂ ਦੇ ਉੱਤੇ ਤਸ਼ੱਦਦ ਕਰਦੇ ਸੀ ਉਹਨਾਂ ਦੇ ਖਿਲਾਫ ਲੜਾਈ ਲੜੀ ਸੀ ਉਹ ਲੜਾਈ ਲੜੀ ਸੀ ਜਿਹੜੀ ਕਦੇ ਮਹਾਤਮਾ ਗਾਂਧੀ ਨੇ ਵੀ ਲੜੀ ਸੀ ਉਹ ਬੰਦਾ 27 ਸਾਲ ਜੇਲ੍ਹ 'ਚ ਰਿਹਾ ਟਰੰਪ ਤੋਂ 27 ਘੰਟੇ ਨਹੀਂ ਕੱਟੇ ਜਾਣ ਜੀ ਫਿਰ ਉਹ ਨਸਲਵਾਦ ਦੇ ਖਿਲਾਫ ਲੜਿਆ ਸੀ ਤੇ ਟਰੰਪ ਦੇ ਪਿੱਛੇ ਤੇ ਜਿਹੜੀ ਭੀੜ ਆ ਉੱਚ ਬਹੁਤ ਸਾਰੇ ਲੋਕ ਆ ਜਿਹੜੇ ਬਹੁਤ ਰੂੜੀਵਾਦੀ ਕਟੜਪੰਥੀ ਆ ਕਟੜਪੰਥੀਆਂ ਦਾ ਲੀਡਰ ਉੱਠ ਕੇ ਤੇ ਆਪਣਾ ਮੁਕਾਬਲਾ ਕਰੇ নেলসন మండేలా ਨਾਲ ਕਿੱਥੇ राम राम ਕਿੱਥੇ ਟੈਂ ਟੇ ਸੋਚ ਕੇ ਗੱਲ ਕਰਨੀ ਚਾਹੀਦੀ ਜੀ ਹੁਣ ਉਸ ਦੇਸ਼ ਦੇ ਵਿੱਚ ਇਦਾਂ ਦੇ ਜਨੂਨੀ ਉੱਠਦੇ ਅਤੇ ਕਿਤਨੇ ਕਿਤੇ ਗੋਲੀ ਚਲਾ ਦਿੰਦੇ ਔਰ ਇਕੱਲਾ ਉੱਥੇ ਨਹੀਂ ਉੱਠਦੇ ਜਿੱਥੇ ਜਿੱਥੇ ਨਸਲਵਾਦ ਦਾ ਕੀੜਾ ਉਹਨਾਂ ਸਾਰਾਂ ਚੁੱਟਦੇ ਇੰਗਲੈਂਡ ਦੇ ਵਿੱਚ ਮਾਨਸਰ ਜਸਟਿਸ ਦੇ ਵਿੱਚ ਇੱਕ ਵਾਰੀ ਇੱਕ ਕਾਨਸਰਟ ਹੁੰਦਾ ਪਿਆ ਸੀ ਉੱਥੇ ਗੋਲੀ ਚਲਾ ਕੇ ਬਹੁਤ ਸਾਰੇ ਲੋਕ ਮਾਰਤੇ ਸੀ ਨਿਊਜ਼ੀਲੈਂਡ ਚੱਕਰੀ ਕ੍ਰਾਈਸਟਚਰਟ ਦੇ ਵਿੱਚ ਇਸ ਤਰ੍ਹਾਂ ਹੋ ਗਿਆ ਸੀ ਜੀ ਕਈਆਂ ਥਾਵਾਂ ਤੇ ਹੋ ਚੁੱਕਾ ਜੋ ਕੁਝ ਹੁੰਦਾ ਪਿਆ ਇਸ ਗਨ ਕਲਚਰ ਨੂੰ ਕੰਟਰੋਲ ਕਰਨਾ ਚਾਹੀਦਾ ਅਮਰੀਕਾ ਦੀਆਂ ਉਹ ਸਰਕਾਰਾਂ ਹੁਣ ਤੱਕ ਜਿੰਨੀਆਂ ਵੀ ਆਈਆਂ ਨੇ ਚਰਚਾ ਬਹੁਤ ਕਰਦੀਆਂ ਨੇ ਪਰ ਚਰਚਾ ਤੋਂ ਅੱਗੇ ਨਹੀਂ ਜਾਂਦੀਆਂ ਉਹਦਾ ਕਾਰਨ ਇਹ ਹੈ ਕਿ ਗਨ ਕਲਚਰ ਕਲਚਰ ਕੰਟਰੋਲ ਕਰਨਾ ਹੋਵੇ ਤੇ ਗਨ ਕਲਚਰ ਦੇ ਪਿੱਛੇ ਬਹੁਤ ਵੱਡੀ ਲਾਬੀ ਹੈ ਜਿਹੜੀ ਸਰਕਾਰਾਂ ਪਲਟ ਸਕਦੀ ਉਹਨਾਂ ਕੋਲ ਪੈਸਾ ਬਹੁਤ ਜੀ ਉਹ ਕਾਨੂੰਨ ਹੀ ਨਹੀਂ ਬਣ ਦਿੰਦੇ ਤੇ ਲਾਗੂ ਹੀ ਨਹੀਂ ਹੁੰਦੇ ਜੋ ਕਾਨੂੰਨ ਲਾਗੂ ਨਾਉਣ ਦੇਣ ਤੇ ਇਹ ਹਰ ਇੱਕ ਦੇ ਹੱਥ 'ਚ ਜਣਾ ਖਣਾ ਜਿਹੜਾ ਹਥਿਆਰ ਚੁੱਕੀ ਫਿਰਦਾ ਲਾਇਸੈਂਸ ਦੀ ਲੋੜ ਕੋਈ ਨਹੀਂ ਜਾਓ ਤੇ ਇਹ ਵੀ ਨਹੀਂ ਸਾਡੇ ਦੇਸ਼ ਵਿੱਚ ਇੱਥੇ ਆਟੋਮੈਟਿਕ ਹਥਿਆਰ ਨਹੀਂ ਮਿਲਦਾ ਵੱਧ ਤੋਂ ਵੱਧ ਸੈਮੀ ਆਟੋਮੈਟਿਕ ਮਿਲਦਾ ਤੇ ਉਹ ਸੈਮੀ ਆਟੋਮੈਟਿਕ ਵਾਸਤੇ ਵੀ ਦਿੱਲੀ ਤੋਂ ਲਾਇਸੈਂਸ ਲੈਣਾ ਪੈਂਦਾ ਇੱਥੋਂ ਥੱਲਿਓਂ ਨਹੀਂ ਮਿਲਦਾ ਤੇ ਉਹ ਜਿਹੜੇ ਨੇ ਉਹ ਉੱਥੇ ਅਮਰੀਕਾ ਦੇ ਵਿੱਚ ਸੈਮੀ ਆਟੋਮੈਟਿਕ ਛੱਡੋ ਆਟੋਮੈਟਿਕ ਹਥਿਆਰ ਵੀ ਜਾਓ ਦੁਕਾਨ ਦੇ ਉੱਤੇ ਪੈਸੇ ਦਿਓ ਲੈਓ ਕੋਈ ਗੱਲ ਹੀ ਨਹੀਂ ਏਦਾਂ ਜਿਵੇਂ ਬੱਚਿਆਂ ਦੇ ਦੀਵਾਲੀ ਦੇ ਉੱਤੇ ਟਿਕੂ ਟਿਕੂ ਕਰਨ ਵਾਲੇ ਬੱਚਿਆਂ ਦੇ ਖਡਾਉਣਾ ਪਿਸਤੌਲ ਹੁੰਦੇ ਉਹਰ ਕੁਝ ਚੁੱਕੀ ਫਿਰਦਾ ਹੁਣ ਜੋ ਕੁਝ ਹੋਇਆ ਜਿਹੜੇ ਲੋਕ ਮਰ ਗਏ ਕੀ ਉਹਨਾਂ ਦੇ ਗਨ ਕਲਚਰ ਦੇ ਪਿੱਛੇ ਜਿਹੜੇ ਹਥਿਆਰਾਂ ਵਾਲੇ ਲਾਬੀ ਹੈ ਉਹਨਾਂ ਦੇ ਘਰਾਂ ਦੇ ਜੀ ਵਾਪਸ ਕਰ ਦੇਗੇ ਜੀ ਇਹ ਗੱਲਾਂ ਕਰੀ ਜਾਂਦੇ ਨੇ ਡੋਨਲਡ ਟਰੰਪ ਵੀ ਆਖੀ ਜਾਂਦਾ ਜੋ ਬੈਡਨ ਵੀ ਆਖਾ ਸੀ ਉਹ ਇਹਨਾਂ ਕਿਸੇ ਨਹੀਂ ਰੋਕਣਾ ਕਿਉਂਕਿ ਇਹਨਾਂ ਦੋਵਾਂ ਤਰ੍ਹਾਂ ਨੂੰ ਜਿਹੜੇ ਹਥਿਆਰਾਂ ਦੀ ਲਾਬੀ ਹੈ ਪਿੱਛੇ ਫੈਕਟਰੀ ਵਾਲੇ ਨੇ ਜਦੋਂ ਕੋਵਿਡ ਦੇ ਸਾਰੇ ਕਾਰੋਬਾਰ ਬੰਦ ਕਾਰੋਬਾਰ ਬੰਦ ਹੋ ਗਏ ਉਹਨਾਂ ਦੀਆਂ ਫੈਕਟਰੀਆਂ ਚੱਲਦੀਆਂ ਉਹਨਾਂ ਨੇ ਕਰਨ ਦੇਣਾ ਇਸ ਕਰਕੇ ਉੱਤੇ ਮੋਤਾ ਏਦਾ ਹੁੰਦੀਆਂ ਰਣੀਆਂ ਜੀ ਇਹ ਰਾਜਨੀਤੀ ਇਹਨਾਂ ਦੀ ਹਥਿਆਰਾਂ ਦੇ ਕਲਚਰ ਨਾਲ ਬੰਦੀ ਹੋਈ ਹੈ ਇਸ ਕਰਕੇ ਰੁਕ ਨਹੀਂ ਸਕਦੀ ਜੀ ਪੰਨੂ ਸਾਹਿਬ ਪੰਜਾਬ ਵਾਲੇ ਪਾਸੇ ਜੇਕਰ ਮੋੜਾ ਕੱਟੀਏ ਤਾਂ ਅੱਜ ਖਬਰਾਂ ਦੇ ਵਿੱਚ ਏਆਈਜੀ ਮਲਵਿੰਦਰ ਸਿੱਧੂ ਹੋਰਾ ਦਾ ਨਾਮ ਬਣਿਆ ਰਿਹਾ ਸਾਰਾ ਦਿਨ ਤੇ ਅ ਅਧਿਕਾਰੀਆਂ ਨਾਲ ਬਹਿਸ ਦਾ ਮਾਮਲਾ ਸੀ ਪਹਿਲਾਂ ਪੁੱਛਗਿੱਛ ਲਈ ਉਹਨਾਂ ਨੂੰ ਤਲਬ ਕੀਤਾ ਉਸ ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਹੋਈ ਹੁਣ ਪੁਲਿਸ ਰਿਮਾਂਡ ਤੇ ਵੀ ਨੇ ਪੰਨੂ ਸਾਹਿਬ ਇਹ ਕਾਰਵਾਈ ਕਿਸ ਮਾਮਲੇ ਦੇ ਵਿੱਚ ਹੋਈ ਹੈ ਦੇਖੋ ਪਹਿਲਾਂ ਆਪ ਵਿਜੀਲੈਂਸ ਵਿੱਚ ਹੁੰਦੱਸ ਵਿਜੀਲੈਂਸ ਸੁਚ ਹੁੰਦਿਆ ਜਿਨ੍ਹਾਂ ਲੋਕਾਂ ਦੀਆਂ ਫਾਈਲਾਂ ਨੂੰ ਮਿਲੀਆਂ ਦੋਸ਼ ਇਹ ਲੱਗਦਾ ਕਿ ਉਸ ਵਕਤ ਦੇ ਵਿਜੀਲੈਂਸ ਦੇ ਵੱਡੇ ਅਫਸਰ ਵੀ ਇਦਾਂ ਦੇ ਸੀ ਕਿ ਪੜਤਾਲ ਕਰਦੇ ਸੀ ਫਿਰ ਸੌਦਾ ਮਾਰ ਲੈਂਦੇ ਸੀ ਜਿਹਦੇ ਉੱਤੇ ਵੀ ਇਹ ਦੋਸ਼ ਆ ਕੇ ਫਾਈਲਾਂ ਨੂੰ ਮਿਲ ਗਿਆ ਇਹਨਾਂ ਫਾਈਲਾਂ ਦੇ ਵਿੱਚੋਂ ਭੇਜਦੇ ਉਹਨਾਂ ਨਾਲ ਗੱਲਬਾਤ ਕਰਕੇ ਫਿਰ ਇਹਦੀ ਜਾਇਦਾਦ ਤੇਜ਼ੀ ਨਾਲ ਵਧੀ ਸ਼ਿਕਾਇਤ ਹੋ ਗਈ ਜੀ ਹੁਣ ਪੜਤਾਲ ਹੋਣੀ ਸੀ ਇਹਨੂੰ ਸੱਧਿਆ ਗਿਆ ਭਲੇ ਆਇਆ ਤੇ ਆਇਆ ਉਹਨਾਂ ਆਖਿਆ ਮੋਬਾਈਲ ਬਾਹਰ ਰੱਖ ਦੇ ਕਹਿੰਦਾ ਮੈਂ ਐਸਐਸਪੀ ਲੈਵਲ ਦਾ ਅਫਸਰ ਹਾਂ ਏਆਈਜੀ ਤੇ ਐਸਐਸਪੀ ਬਰਾਬਰ ਹੁੰਦੇ ਮੈਂ ਮੋਬਾਈਲ ਲੈ ਜਾ ਸਕਦਾ ਰੱਖ ਉੱਥੇ ਰੱਖ ਰਖਾਤਾ ਅੰਦਰ ਜਾ ਕੇ ਗੱਲਬਾਤ ਕਰਦਿਆਂ ਹੌਲੀ-ਹੌਲੀ ਹਰ ਵਾਰੀ ਜਿਸ ਤਰ੍ਹਾਂ ਦੀ ਬਾਡੀ ਲੈਂਗੁਏਜ ਸੀ ਉਹਨਾਂ ਨੂੰ ਸ਼ੱਕ ਪੈ ਗਿਆ ਕਿ ਇਹਦੇ ਕੋਲ ਕੋਈ ਨਾ ਕੋਈ ਇਨਸਟਰੂਮੈਂਟ ਹੈ ਜਿੱਥੇ ਰਿਕਾਰਡਿੰਗ ਕਰ ਰਿਹਾ ਜਾਂ ਨਾਲ ਦੀ ਨਾਲ ਕਿਤੇ ਬਾਹਰ ਰਿਲੇ ਕਰ ਰਿਹਾ ਕਿਸੇ ਨੂੰ ਇਹ ਭੇਜ ਰਿਹਾ ਉਹਨਾਂ ਨੇ ਫਿਰ ਪੁੱਛਿਆ ਤੇਰੇ ਕੋਲ ਫੋਨ ਹੈ ਨਹੀਂ ਉਹਨਾਂ ਆਖ ਕੇ ਤਲਾਸ਼ੀ ਲੈਣੀ ਹੈ ਇਹ ਅੱਗੋਂ ਹੱਥ ਪਾਈ ਕਰਨ ਲੱਗਾ ਉਹਨਾਂ ਪੁਲਿਸ ਸਾਧਰੀ ਕੱਪੜੇ ਉਤਾਰੇ ਤੇ ਅੰਡਰਵੇਅਰ ਚ ਛਲਕਾਇਆ ਜਿਹੜਾ ਵਾਇਸ ਰਿਕਾਰਡਰ ਸੀ ਉਹ ਪੜਿਆ ਗਿਆ ਹੁਣ ਉਹਦੀ ਗ੍ਰਿਫਤਾਰੀ ਪੈ ਗਈ ਹੈ ਜੀ ਜੇ ਪੁਲਿਸ ਆਫੀਸਰ ਜਾ ਰਿਹਾ ਤਦ ਨੂੰ ਇਹ ਨਹੀਂ ਪਤਾ ਵੀ ਪੁਲਿਸ ਆ ਜਾਵੇ ਤਲਾਸ਼ੀ ਲੈਣ ਤੇ ਕਿੱਥੋਂ ਤੱਕ ਜਾਂਦੀ ਹੁਣ ਸਾਰਾ ਕੁਝ ਫੜਿਆ ਗਿਆ ਇਹ ਮੁੱਕਰ ਵੀ ਨਹੀਂ ਸਕਦਾ ਕਿਉਂਕਿ ਜਿਹੜੇ ਥਾਂ ਦੇ ਉੱਤੇ ਇਹਦੀ ਇਨਵੈਸਟੀਗੇਸ਼ਨ ਹੁੰਦੀ ਪਈ ਆ ਉੱਥੇ ਅੰਦਰ ਜਾਣ ਤਲਾਸ਼ੀ ਲੈਣ ਨਾਲ ਸਾਰੀਆਂ ਗੱਲਾਂ ਦੇ ਉੱਤੇ ਅਗਲਾ ਵੀਡੀਓਗ੍ਰਾਫੀ ਕੀਤੀ ਹੋਗੀ ਇਹ ਫਸ ਗਿਆ ਜੀ ਔਰ ਉਸੇ ਤਰ੍ਹਾਂ ਫਸ ਗਿਆ ਜਿਵੇਂ ਉੱਥੇ ਹੁਸ਼ਿਆਰਪੁਰ ਦੇ ਵਿੱਚ ਸੁੰਦਰ ਸ਼ਾਮ अरोड़ा ਕਾਂਗਰਸ ਦਾ ਸਾਬਕਾ ਮੰਤਰੀ ਆਪ ਹੀ 1 ਕਰੋੜ ਦਾ ਸੌਦਾ ਮਾਰ ਕੇ ਤੇ 50 ਲੱਖ ਰੁਪਏ ਦੇਣ ਜਾ ਗਿਆ ਫੜਿਆ ਗਿਆ ਇਹਨੂੰ ਬਦੋ ਬਦ ਜਿਹੜੇ ਢੰਗ ਨਾਲ ਗਿਆ ਬਹੁਤ ਹੀ ਚੁਸਤੀ ਵਿਖਾਉਂਦਾ ਵਿਖਾਉਂਦਾ ਕਾਬੂ ਆਗਲਾ ਅਗਲੇ ਫੜ ਕੇ ਅੰਦਰ ਦੇ ਦਿੱਤਾ ਦੇਖੋ ਕਾਨੂੰਨ ਤਾਂ ਸਾਰਿਆਂ ਤੇ ਲਾਗੂ ਹੋਣਾ ਮਲਵਿੰਦਰ ਸਿੱਧੂ ਹੋਵੇ ਕੋਈ ਹੋਵੇ ਇਹਨੂੰ ਘੱਟੋ ਘੱਟ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਸੀ ਕਿ ਆਪ ਵਿਜੀਲੈਂਸ ਤੇ ਵਿਜੀਲੈਂਸ ਵਿੱਚ ਰਿਹਾ ਸੀ ਹਾਂ ਜੇ ਇਦਾਂ ਕੋਈ ਜਾਂਤੀ ਹੁੰਦੀ ਅਦਾਲਤ ਤੇ ਜਾਂਦਾ ਹੋਰ ਲੋਕ ਵੀ ਜਾਂਦੇ ਪਏ ਜਿੱਥੋਂ ਤੱਕ ਕਾਨੂੰਨ ਇਹਨੂੰ ਰਾਹ ਦਿੰਦਾ ਉਸ ਕਾਨੂੰਨ ਨੂੰ ਵਰਤਣ ਦਾ ਯਤਨ ਕਰਦਾ ਹੈ ਸੁਪਰੀਮ ਕੋਰਟ ਤੱਕ ਵੀ ਜਾਂਦਾ ਕਿ ਕਿਸੇ ਨੂੰ ਇਤਰਾਜ਼ ਕੋਈ ਨਹੀਂ ਜੀ ਜੋ ਇਹਨੇ ਕੀਤਾ اور ਪੁਲਸ ਅਫਸਰ ਨਾਲ ਆਪ ਪੁਲਸ ਅਫਸਰ ਹੁੰਦੇ ਹੋਏ ਅੱਗੋਂ ਹੱਥੋਂ ਪਾਈ ਕੀਤੀ ਉਹਦੇ ਚੋਂ ਫਸ ਗਿਆ ਮੇਰੇ ਅੱਖਾਂੋਂ ਨਿਕਲਣਾ ਹੁਣ ਔਖਾ ਹੋ ਜਾਣਾ ਛੇਤੀ ਕਿਤੇ ਜਮਾਨਤ ਵੀ ਸ਼ਾਇਦ ਨਹੀਂ ਹੋਵੇ ਜੀ ਬਿਲਕੁਲ ਠੀਕ ਹੈ ਪੰਨੂ ਸਾਹਿਬ ਅਗਲੀ ਖਬਰ ਗਵੰਡੀ ਸੂਬੇ ਹਰਿਆਣੇ ਦੀ ਲੈ ਲੈਣੇ ਹਰਿਆਣੇ ਦੇ ਵਿੱਚ ਇੱਕ ਪ੍ਰਾਈਵੇਟ ਕੰਪਨੀ ਨੂੰ ਬਲੈਕਲਿਸਟ ਕੀਤਾ ਗਿਆ ਉਹਨੂੰ ਸਰਵੇ ਦਾ ਕੰਮ ਦਿੱਤਾ ਗਿਆ ਸੀ ਪੰਨੂ ਸਾਹਿਬ ਇਹ ਕਾਰਵਾਈ ਕਿਸ ਮਾਮਲੇ ਦੇ ਵਿੱਚ ਹੋਈ ਹੈ ਦੇਖੋ ਅਸੀਂ ਪੰਜਾਬ ਵਿੱਚ ਕਹਿੰਨੇ ਇੱਥੇ ਗੜਬੜ ਉੱਥੇ ਗੜਬੜ ਆਹ ਫਰਾਡ ਆਹ ਧੋਖਾ ਇਹ ਪੰਜਾਬ ਕਿਉਂਕਿ ਸਾਡੇ ਕੋਲ ਆ ਸਾਡੇ ਲਾਗੇ ਇੱਥੇ ਗੱਡੀ ਦਾ ਟਾਇਰ ਫਟ ਕੇ ਜਾ ਕੇ ਕੰਧਰਾ ਵੱਜ ਜਾਵੇ ਉਸ ਘਰ ਨੂੰ ਅੱਗ ਲੱਗ ਜੇ ਕੰਧ ਟੱਟ ਜੇ ਇੱਕ ਅੱਧਾ ਬੰਦਾ ਜ਼ਖਮੀ ਹੋ ਜੇ ਸਾਡੀ ਵੱਡੀ ਖਬਰ ਹੈ ਨਾਲ ਦੇ ਰਾਜ ਹਰਿਆਣੇ ਚ ਰਾਜਸਥਾਨ ਦੇ ਵਿੱਚ ਹਿਮਾਚਲ ਚ ਉਸੇ ਤਰ੍ਹਾਂ ਗੱਡੀ ਕੰਧਰਾ ਜਾਵ ਜੇ ਕੰਧ ਦੇ ਪੇ ਪੰਜ ਬੰਦੇ ਮਰ ਜਾਣ ਉਹ ਸਾਡੀ ਛੋਟੀ ਹੁੰਦੀ ਹੈ ਜੀ ਤੇ ਸਾਡੇ ਲਾਗੇ ਇਸ ਕਰਕੇ ਅੱਜ ਕਿੰਨੇ ਕੁ ਲੋਕਾਂ ਨੂੰ ਪਤਾ ਕਿ ਰਾਜਸਥਾਨ ਚ ਕੱਲ ਇੱਕ ਭਰਾ ਨੇ ਸਕੇ ਭਰਾ ਨੇ ਸਕਾ ਭਰਾ ਮਾਰ ਦਿੱਤਾ ਵੀਡੀਓ ਸਭ ਲੋਕਾਂ ਕੋਲ ਪਈ ਹੈ ਟਰੈਕਟਰ ਅੱਗੇ ਲੈ ਜਾਂਦਾ ਸਿੱਪੇਛੇ ਲਿਆਉਂਦਾ ਸੀ ਇੰਨਾ ਗਰੋਧ ਉਹਨੇ ਚੜਿਆ ਸੀ ਉਹਨੇ ਇੱਕ ਸੱਗੇ ਭਰਾ ਦੇ ਉੱਤੋਂ ਦੀ 8 ਵਾਰ ਟਰੈਕਟਰ ਲੰਗਾ ਪਰ ਪੰਜਾਬ ਦੇ ਚ ਕਿੰਨੇ ਲੋਕਾਂ ਨੂੰ ਪਤਾ ਹਰਿਆਣਾ ਚ ਜਿੰਨਾ ਕ੍ਰਾਈਮ ਇਸ ਵੇਲੇ ਹੋ ਰਿਹਾ ਸਾਈਬਰ ਕ੍ਰਾਈਮ ਪ੍ਰਾਪਰਟੀ ਕ੍ਰਾਈਮ ਕੋਈ ਗਿਣੀ ਨਹੀਂ ਸਕਦਾ ਛੜਣਾ ਬਹੁਤ ਜ਼ਿਆਦਾ ਹੋ ਰਿਹਾ ਉਸ ਕ੍ਰਾਈਮ ਦਾ ਹਿਸਾਏ ਹੈ ਕਿ ਉੱਥੋਂ ਦੀ ਸਰਕਾਰ ਨੇ ਬੜਾ ਚੰਗਾ ਕੰਮ ਸੋਚ ਕੇ ਪ੍ਰਾਪਰਟੀ ਦੇ ਸਰਵੇ ਦੀ ਰਿਪੋਰਟ ਲੈਣੀ ਸੀ ਇੱਕ ਕੰਪਨੀ ਨੂੰ ਕਹਿਤਾ ਉਹ ਕੰਪਨੀ 5556 ਕਰੋੜ ਰੁਪਏ ਲੈ ਗਈ ਜਿਹੜੀ ਉਹਨੇ ਰਿਪੋਰਟ ਦਿੱਤੀ ਆ 3-4 ਕਰੋੜ ਜਿਹੋਨਾਂ ਦੇ ਹੰਦੇ ਵੀ ਸੀ। ਉਹ ਰਿਪੋਰਟ ਜਦੋਂ ਵੇਖੀ ਗਈ ਤੇ ਸਾਰੀ ਠੱਗੀ ਠੋਰੀ ਦੀ ਰਿਪੋਰਟ ਆ। ਨਤੀਜਾ ਵੇਖੋ ਜਿਨ੍ਹਾਂ ਦੇ ਘਰ ਨੇ ਰਿਹਾ ਸੀ ਉਹਨਾਂ ਨੂੰ ਕਾਰੋਬਾਰੀ ਜਾਇਦਾਦਾਂ ਲਿਖਦਾ ਤਾਂਕਿ ਉਹਨਾਂ ਨੂੰ ਟੈਕਸ ਪੈ ਜਾਏ ਤੇ ਜਿਹੜੀਆਂ ਕਾਰੋਬਾਰੀ ਜਾਇਦਾਦਾਂ ਉਹਨਾਂ ਨੂੰ ਰਿਹਾਇਸ਼ੀ ਲਿਖਦਾ ਤਾਂਕਿ ਸਰਕਾਰ ਨੂੰ ਟੈਕਸ ਦੇਣ ਤੋਂ ਬਚ ਜਾਣ। ਜੀ। ਠੱਗੀ ਠੋਰੀ ਐਡੇ ਵੱਡੇ ਪੱਧਰ ਤੇ ਹੋਈ ਆ। ਤੁਸੀਂ ਸੁਣ ਕੇ ਹੈਰਾਨ ਹੋਵੋਗੇ। ਮੇਰਾ ਖਿਆਲ ਹੈ ਸ਼ਾਇਦ 72 ਲੱਖ ਕਿੰਨੇ ਲੋਕ ਨੇ ਜਿਨ੍ਹਾਂ ਨੇ ਸ਼ਿਕਾਇਤਾਂ ਕਰਨੀ ਸ਼ੁਰੂ ਕਰਤੀਆਂ ਸ਼ਿਕਾਇਤਾਂ ਦੁਸ਼ਕਰ ਦਾ ਤੜਾ ਤੜ ਸ਼ਿਕਾਇਤਾਂ ਸਭ ਤੋਂ ਵੱਧ ਉਹ ਹਰ ਕੋਈ ਕਹਿੰਦਾ ਜੀ ਆ ਕੇ ਚੱਕ ਤੇ ਕਰੋ ਸਾਡੇ ਖਿਲਾਫ ਬਿਲਕੁਲ ਰਿਪੋਰਟਾਂ ਗਲਤ ਨੇ ਇਹਦਾ ਮਤਲਬ ਹੈ ਕੰਪਨੀ ਦੇ ਮਾਲਕਾਂ ਦੀ ਜਾਂ ਮਰਜ਼ੀ ਹੈ ਜੇ ਮਰਜ਼ੀ ਨਹੀਂ ਤੇ ਉਹਨਾਂ ਕਰਿੰਦੇ ਇਹੋ ਜੇ ਲੱਭੇ ਜਿਹੜੇ ਜਿੱਥੇ ਜਾਂਦੇ ਆ ਬਸ ਜੇਬਾਂ ਕੱਟਣ ਲੱਗੇ ਸੀ ਜਿਹੜਾ ਕੋਈ ਕੁਝ ਦੇ ਦਿੰਦਾ ਸੀ ਉਹਦੀ ਮਰਜ਼ੀ ਮੁਤਾਬਕ ਰਿਪੋਰਟ ਜਿਹੜਾ ਨੀਚੇ ਦਿੰਦਾ ਉਹਨੂੰ ਫਸਾਉਣ ਵਾਲੀ ਰਿਪੋਰਟ ਬਣਦੀ ਸੀ ਬੁੜਾ ਬੁੜਾਕ ਕੇ ਕਰੀ ਰਿਹਾ ਤੇ ਹੁਣ ਉਹ ਇੰਨਾ ਵੱਡਾ ਖਲਾਰਾ ਪੈ ਗਿਆ ਕਿ ਸਰਕਾਰ ਨੇ ਉਸ ਕੰਪਨੀ ਨੂੰ ਬਲੈਕਲਿਸਟ ਕੀਤਾ ਨਾਲ ਉਹਨੂੰ ਜੁਰਮਾਨਾ ਪਾਇਆ ਨਾਲ ਉਹਦੇ ਪਹਿਲੇ ਜਿਹੜੇ ਬਚੇ ਸੀ ਪੈਸੇ 3-4 ਕਰੋੜ ਰੁਪਏ ਉਹ ਵੀ ਰੋਕ ਲਿਆ ਇਹ ਹੋ ਸਕਦਾ ਕਿ ਸਾਰੀ ਦੀ ਸਾਰੀ ਰਿਪੋਰਟ ਰੱਦ ਕਰਨੀ ਪਵੇ ਤੇ ਜੇ ਰੱਦ ਕਰਨੀ ਹੈ ਜਿਹੜੇ ਅਫਸਰ ਨੇ ਜਿਹੜੇ ਮੰਤਰੀ ਨੇ ਇਹੋ ਜੀ ਸਿਲਖਣੀ ਕੱਪੜੇ ਕੰਪਨੀ ਲੱਭ ਕੇ ਲਿਆਂਦੀ ਸੀ ਉਹਨੂੰ ਕੰਮ ਦਿੱਤਾ ਸੀ ਦਵਾਇਆ ਸੀ ਉਹਨਾਂ ਦੇ ਖਿਲਾਫ ਵੀ ਨਾਲ ਪਰਚਾ ਹੋਣਾ ਚਾਹੀਦਾ ਕਿ ਤੁਸੀਂ ਇਹੋ ਜੇ ਬੰਦੇ ਲਿਆ ਕੇ ਇਹ ਹਰਿਆਣਾ ਦੇ ਉੱਤੇ ਇੱਕ ਨਵਾਂ ਕਲੰਕ ਕਿਉਂ ਲਾਤਾ ਕਾਰਵਾਈ ਤਾਂ ਉਹਨਾਂ ਤੇ ਵੀ ਹੋਣੀ ਬਣਦੀ ਹੈ ਜੀ ਬਿਲਕੁਲ ਠੀਕ ਹੈ ਮੈਨੂੰ ਸਾਹਿਬ ਤੁਸੀਂ ਖਬਰਾਂ ਦੇ ਚਰਚਾ ਕੀਤੀ ਆਪਣਾ ਸਮਾਂ ਦਿੱਤਾ ਤੁਹਾਡੇ ਬਹੁਤ ਬਹੁਤ ਜੀ ਬਹੁਤ ਬਹੁਤ ਪ੍ਰੋਗਰਾਮ ਨੂੰ ਸਿਮਿਟਣ ਦਾ ਵੇਲਾ ਹੋ ਗਿਆ ਜੀ ਕੱਲ ਫੇਰ ਇਸੇ ਪ੍ਰੋਗਰਾਮ ਦੇ ਜ਼ਰੀਏ ਤੁਹਾਡੇ ਰੂਬਰੂ ਹੋਵਾਂਗੇ ਉਦੋਂ ਤੱਕ ਤੁਸੀਂ ਦੇਖਦੇ ਰਹੋ ਪ੍ਰਾਈਮ ਸ਼ਾਇਰ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ